ਵਿੱਚੋਂ ਮੈਂ ਸਮਝਦਾ ਕਿ 2021-22 ਦੀ ਜਿਹੜੀ ਐਨੂਅਲ ਇਰੀਗੇਸ਼ਨ ਡਿਪਾਰਟਮੈਂਟ ਸਿੰਚਾਈ ਵਿਭਾਗ ਦੀ 21-22 ਦੀ ਰਿਪੋਰਟ ਜਿਹੜੀ ਆ ਸਾਲਾਨਾ ਰਿਪੋਰਟ ਉਹ ਪੇਸ਼ ਕੀਤੀ ਗਈ ਜਿਹਨੂੰ ਪ੍ਰਵਾਨਗੀ ਆ ਮੰਤਰੀ ਮੰਡਲ ਵੱਲੋਂ ਦਿੱਤੀ ਗਈ। ਇਸੇ ਤਰ੍ਹਾਂ ਲਗਭਗ ਪੰਜ ਪੇਸ਼ ਹੋਈਆਂ ਜਿਨ੍ਹਾਂ ਨੂੰ ਅਗਾਉਂ ਅਗੇਤੀ ਰਿਹਾਈ ਦੇ ਲਈ ਜਿਹਨਾਂ ਦੀ ਰਿਪੋਰਟ ਪੇਸ਼ ਹੋਈ, ਚਾਰਾਂ ਜਿਹੜੀਆਂ ਸੀਗੀ ਅਗੇਤੀ ਰਿਹਾਈ ਲਈ ਸੀਗੀਆਂ, ਇੱਕ ਰਿਪੋਰਟ ਜਿਹੜੀ ਸੀਗੀ ਉਹ ਰਿਜੈਕਸ਼ਨ ਦੀ ਸੀਗੀ ਕਿ ਇਸ ਕੈਦੀ ਨੂੰ ਰਿਹਾਅ ਨਾ ਕੀਤਾ ਜਾਵੇ ਕਿਉਂਕਿ ਉਹਦੇ ਖਿਲਾਫ ਬਹੁਤ ਸਾਰੇ ਜਿਹੜੇ ਤਾਂ ਚਾਰ ਚੱਲਣਾ ਸੀ ਉਹ ਥੱਲੋਂ ਆਇਆ ਸੀਗਾ। ਸੋ ਇੱਕ ਕੈਦੀ ਰਿਪੋਰਟ ਜਿਹੜੀ ਉਹ ਰਿਜੈਕਟ ਕੀਤੀ ਗਈ, ਚਾਰ ਕੈਦੀਆਂ ਦੀ ਜਿਹੜੀ ਅਗਾਊਂ ਉਹਨੂੰ ਪ੍ਰਵਾਨਗੀ ਮੰਤਰੀ ਮੰਡਲ ਵੱਲੋਂ ਜਾਰੀ ਕੀਤੀ ਗਈ। ਇਸੇ ਤਰ੍ਹਾਂ ਜਿਹੜਾ ਪੰਜਾਬ ਸਰਕਾਰ ਦੇ ਪ੍ਰਸ਼ਾਸਨਿਕ ਸੁਧਾਰ ਸੰਬੰਧੀ ਡਿਪਾਰਟਮੈਂਟ ਨਵੀਆਂ 20 ਪੋਸਟਾਂ ਨੂੰ ਪ੍ਰਵਾਨਗੀ ਦਿੱਤੀ ਗਈ, ਜਿਨ੍ਹਾਂ ਦੀ ਭਰਤੀ ਜਿਹੜੀ ਆਉਣ ਵਾਲੇ ਸਮੇਂ ਦੇ ਅੰਦਰ PPSC KSS ਬੋਰਡ ਕਰਨਗੇ, ਤਾਂ ਦੇ ਜਿਹੜੀਆਂ ਦੇ ਅੰਦਰ ਹੋਰ ਤਰੀਕੇ ਦੇ ਨਾਲ ਕੰਮ ਜਿਹੜਾ। ਇਸ ਤੋਂ ਬਿਨਾਂ ਪੰਜਾਬ ਦੇ ਅੰਦਰ ਇੱਕ ਮੋਹਾਲੀ ਦੇ ਬਹੁਤ ਵੱਡਾ ਜਿਹੜਾ ਮੈਂ ਸਮਝਦਾ ਹੈਲਥ ਦੇ ਖੇਤਰ ਦੇ ਅੰਦਰ ਸਾਡੀਆਂ ਸਿਹਤ ਦੀ ਜਿਹੜੀ ਸਥਾਪਨਾ ਕੀ ਆ ਉਹ ਮੋਹਾਲੀ ਦੇ ਅੰਦਰ ਹੋ ਰਹੀ ਹੈਗੀ। ਐਂਡ ਬੈਲਰੀ ਸਾਇੰਸ ਸਥਾਪਨਾ ਮੋਹਾਲੀ 'ਚ ਹੋ ਰਹੀ ਆ, ਜਿਹਦੇ ਵਿੱਚ 484 ਅਸਾਮੀਆਂ ਦੀ ਸਿਰਜਣਾ ਔਰ ਲਗਭਗ 60 ਕਰੋੜ ਰੁਪਇਆ ਖਰਚ ਆਉਣ ਦਾ ਅਨੁਮਾਨ ਆ। ਪੰਜਾਬ ਦੇ ਹੈਪੇਟਾਈਟਸ ਸੀ ਦੇ ਜਿਹਨਾਂ ਨੂੰ ਕੋਈ ਨਾ ਕੋਈ ਬਿਮਾਰੀ ਆ ਉਹਨੂੰ ਜਿਹੜਾ ਹੈਗਾ ਠੀਕ ਕਰਨ ਦੇ ਵਿੱਚ ਇੱਕ ਮੀਲ ਪੱਥਰ ਸਾਬਤ ਹੋਊਗਾ, ਇੱਕ ਬਹੁਤ ਵੱਡੀ ਕ੍ਰਾਂਤੀਕਾਰੀ ਕਦਮ ਹੈਗਾ ਨੂੰ ਹੋਰ ਬਿਹਤਰ ਬਣਾਉਣ ਦੇ ਲਈ ਔਰ ਪੰਜਾਬ ਦੇ ਉਹਨੂੰ ਠੀਕ ਕਰਨ ਵਿੱਚ ਬਹੁਤ ਵੱਡਾ ਇਤਿਹਾਸਕ ਕਦਮ ਜਿਹੜਾ ਚੁੱਕਿਆ ਗਿਆ। ਇਸੇ ਤਰ੍ਹਾਂ ਪੰਜਾਬ ਦੇ ਬੋਰਿੰਗ ਲਿਮਿਟ FRBM ਐਕਟ ਦੇ ਵਿੱਚ ਸੋਧ ਕੀਤੀ ਗਈ ਆ, ਉਹਦੇ ਵਿੱਚ ਜਿਹੜੀ ਹਰੇਕ ਬੋਰਿੰਗ ਲੈਂਦੇ ਆ ਲਿਮਿਟ ਕਰਦੇ ਆ ਸਾਲ ਇੱਕ ਸੋਧਣਾ ਪੈਂਦਾ ਸੀਗਾ। ਇਸ ਤਰ੍ਹਾਂ ਮਾਲੀ ਘਾਟੇ ਕੀ ਹੋਣਗੇ, ਇਸੇ ਤਰ੍ਹਾਂ ਵਿੱਤੀ ਘਾਟਾ ਕੀ ਹੈਗਾ, ਰੈਵਨਿਊ ਦਾ ਘਾਟਾ ਕੀ ਆ ਉਹਨੂੰ ਜਿਹੜਾ ਲਿਫਟ ਕਰਾਂਗੇ। ਸੋ ਹੁਣ ਮੈਂ ਅਮਨ ਅਰੋੜਾ ਜੀ ਨੂੰ ਬੇਨਤੀ ਕਰੂੰਗਾ ਕਿ ਇਹਦੀ ਬਰੀਫ ਕਰ। ਚੀਮਾ ਸਾਹਿਬ ਨੇ ਦੱਸਿਆ ਹੈ ਕਿ ਕਈ ਲਏ ਗਏ ਨੇ ਜਿਹਦੇ ਵਿੱਚ ਮੈਂ ਸਮਝ ਐਜੂਕੇਸ਼ਨ ਦੇ ਵੀ ਜਿਵੇਂ ਔਰ ਜੋਬਸ ਦਾ ਜਿਵੇਂ ਪ੍ਰਸ਼ਾਸਨਿਕ ਸੁਧਾਰ ਗਵਰਨੈਂਸ ਰਿਫੋਰਮਸ ਦੇ ਵਿੱਚ ਜਿਹੜੀਆਂ 20 ਖਾਲੀ ਪੋਸਟਾਂ ਨੇ ਉਹਨਾਂ ਨੂੰ ਭਰਨ ਦੀ ਗੱਲ ਔਰ ਇਸੇ ਤਰ੍ਹਾਂ ਹੈਲਥ ਸੈਕਟਰ ਦੇ ਵਿੱਚ ਕੀਤੀ ਗਈ ਹੈ। ਐਜੂਕੇਸ਼ਨ ਇੱਕ ਬਹੁਤ ਅਹਿਮ ਫੈਸਲਾ ਜਿਹੜਾ ਅੱਜ ਜਿਹੜੇ ਰਾਜ ਦੇ ਸੀਨੀਅਰ ਸੈਕੰਡਰੀ ਸਕੂਲ ਉਹਨਾਂ ਦੇ ਵਿੱਚ ਵਿਜ਼ਿਟਿੰਗ ਫੈਸਿਲਿਟੀ ਹੈਗੀ ਹੈ ਕਿ ਕੋਈ ਪਰਟੀਕੁਲਰ ਫੀਲਡ ਹੁੰਦਾ ਜਿੱਥੇ ਵਿਜ਼ਿਟਿੰਗ ਹੈ ਅਤੇ ਉਹਨਾਂ ਨੂੰ ਨੀਡ ਬੇਸਡ ਮੁਤਾਬਕ ਉਹਨਾਂ ਨੂੰ ਜਿਹੜਾ ਵਿਜ਼ਿਟਿੰਗ ਫੈਸਿਲਿਟੀ ਅਲਾਓ ਕੀਤਾ ਗਿਆ, ਜਿਹਦੇ ਕਰਕੇ ਕਈ ਵਾਰੀ ਉਸ ਸਕੂਲ ਦੇ ਜਿਹੜੇ ਪਰਟੀਕੁਲਰ ਬੱਚਿਆਂ ਦੇ ਕੋਈ ਇੰਟਰਸਟ ਨੇ ਜਾਂ ਜ਼ਰੂਰਤਾਂ ਨੇ ਉਹ ਪੂਰੀਆਂ ਨਹੀਂ ਹੁੰਦੀਆਂ ਸੀਗੀਆਂ, ਉਹਦਾ ਫੈਸਲਾ ਕੀਤਾ ਗਿਆ। ਤਕਰੀਬਨ 30 ਕਰੋੜ ਰੁਪਏ ਦਾ ਇਹਦਾ ਆਊਟਲੇ ਜਿਹੜਾ ਉਹ ਰੱਖਿਆ ਗਿਆ। ਸੋ ਮੈਂ ਸਮਝਦਾ ਕਿ ਇਹ ਕਈ ਸਾਰੇ ਡਿਸੀਜਨ ਨੇ ਜਿਹੜੇ ਅੱਜ ਕੈਬਨਿਟ ਨੇ ਲਏ ਨੇ ਔਰ ਇਸ ਤੋਂ ਵੀ ਇੰਪੋਰਟੈਂਟ ਆ ਕਿਉਂਕਿ ਅੱਜ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਖੇਡਾਂ ਦਾ ਇੱਕ ਬਹੁਤ ਵਧੀਆ ਮਾਹੌਲ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਬਣ ਰਿਹਾ ਔਰ ਕੱਲ੍ਹ ਨੂੰ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 2 ਦਾ ਆਗਾਜ਼ ਹੈ ਜਿਹੜਾ ਉਹ ਹੋਣ ਜਾ ਰਿਹਾ। ਇਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਉਹ ਖੇਡ ਉਹ ਪਾਰਟੀਸਪੇਟ ਕਰਨਗੇ। ਸੋ ਮੀਡੀਆ ਦੇ ਜ਼ਰੀਏ ਬੇਨਤੀ ਕਰਦੇ ਹਾਂ ਕਿ ਜਿਵੇਂ ਜਿਸ ਤਰੀਕੇ ਦੇ ਨਾਲ ਪਿਛਲੀ ਵਾਰੀ 3 ਲੱਖ ਤੋਂ ਵੱਧ ਖਿਡਾਰੀਆਂ ਦੇ ਵਿੱਚ ਪਾਰਟੀਸਪੇਟ ਕਰ ਉਸ ਮਹਾਂਕੁੰਭ ਦੇ ਵਿੱਚ ਸਪੋਰਟਸ ਦਾ ਉਹਦੇ ਵਾਸਤੇ ਵੀ ਸਪੋਰਟਸ ਪਰਸਨ ਵੱਧ ਤੋਂ ਵੱਧ ਪਾਰਟੀਸਪੇਟ ਕਰਨ ਤਾਂ ਕਿ ਇੱਕ ਵਧੀਆ ਮਾਹੌਲ ਹੈ ਜਿਹੜਾ ਪੰਜਾਬ ਦੇ ਵਿੱਚ ਸਿਰਜਿਆ ਜਾ ਸਕੇ। ਚੀਮਾ ਸਾਹਿਬ, ਇੱਕ ਕਟੌਤੀ ਦਾ ਜ਼ਿਕਰ ਹੋ ਰਿਹਾ ਸੀ ਜਿਹੜੇ ਫੰਡਾਂ ਲੈ ਕੇ ਕਿ ਮੁੱਖ ਮੰਤਰੀ ਦੇ ਫੰਡਾਂ 'ਚ 50 ਕਰੋੜ ਤੋਂ 37 ਕਰੋੜ ਹੋਏਗਾ ਮੰਤਰੀਆਂ ਦੀ ਕਟੌਤੀ। ਬਿਲਕੁਲ ਬਿਲਕੁਲ, ਅੱਜ ਇਹ ਵੀ ਫੈਸਲਾ ਹੋਇਆਗਾ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਅਖਤਿਆਰੀ ਕੋਟਾ ਸੀ ਉਹਦੇ ਵਿੱਚ ਉਹ ਘਟਾ ਕੇ 50 ਕਰੋੜ ਤੋਂ 37 ਕਰੋੜ ਕੀਤਾ ਗਿਆ। ਇਸੇ ਤਰ੍ਹਾਂ ਨੇ ਮੰਤਰੀ ਮੰਡਲ ਦੇ ਸਾਡੇ ਕੈਬਨਿਟ ਮੰਤਰੀ ਨੇਗੇ ਉਹਨਾਂ ਦਾ ਘਟਾ ਕੇ 1 ਕਰੋੜ ਕੀਤਾ ਗਿਆ ਹੈਗਾ ਕਿਉਂਕਿ ਬਹੁਤ ਸਾਰੀਆਂ ਜਿਵੇਂ ਗੱਲ ਕਰਾਂ ਸਕੂਲਾਂ ਦੀ ਕਾਇਆ ਗੱਲ ਕਰਾਂ ਉਹਦੇ ਲਈ ਇੱਕ ਵੱਖਰਾ ਬਜਟ ਜਿਹੜਾ ਅਸੀਂ ਰੱਖਿਆ ਸੀਗਾ ਕਿ ਦੀਵਾਰਾਂ ਬਣਾਉਣ ਦੇ ਲਈ, ਸਕੂਲ ਦੇ ਕਮਰੇ ਬਣਾਉਣ ਦੇ ਲਈ, ਸਕੂਲ ਦੇ ਅੰਦਰ ਲਾਇਬ੍ਰੇਰੀਆਂ ਬਣਾਉਣ, ਸਕੂਲ ਦੇ ਅੰਦਰ ਸਾਇੰਸ ਦੇ ਕਮਰੇ ਬਣਾਉਣ ਲਈ ਉਹ ਆਲਰੇਡੀ ਇਹ ਕਿਉਂਕਿ ਇਹ ਡਿਸਕਸ਼ਨ ਸੀਗਾ ਉਹ ਅਸੀਂ ਆਲਰੇਡੀ ਉਹਦਾ ਪ੍ਰਬੰਧ ਕੀਤਾ। ਇਸੇ ਤਰ੍ਹਾਂ ਸਵੱਛ ਭਾਰਤ ਦੇ ਅਧੀਨ ਅਸੀਂ ਪਾਣੀ ਦਾ ਪ੍ਰਬੰਧ, ਪੀਣ ਵਾਲੇ ਪਾਣੀ ਦਾ ਪ੍ਰਬੰਧ, ਗੰਦੇ ਪਾਣੀ ਦਾ ਪ੍ਰਬੰਧ, ਇਸੇ ਤਰ੍ਹਾਂ ਇਹ ਸਾਰੇ ਆਲਰੇਡੀ ਜਿਹੜੇ ਹੈਗੇ ਨੇ ਉਹ ਬੰਦ ਹੋ ਚੁੱਕੇ ਨੇ। ਇਸੇ ਗੱਲ ਕਰਕੇ ਜਿਹੜੀ ਮੈਂ ਉਹਦੀ ਗ੍ਰਾਂਟ ਦੀ ਲੋੜ ਪ੍ਰਬੰਧ ਡਿਪਾਰਟਮੈਂਟਾਂ ਨੂੰ ਜਿਹੜੇ ਬਜਟ ਹੁੰਦਾ ਉਹ ਆਪਣਾ ਨਿਰਧਾਰਿਤ ਕੀਤਾ ਜਾਂਦਾ ਹੈਗਾ।
ਕਰਦੇ ਵੀ ਹੈਗੇ ਹੋ ਲੇਕਿਨ ਫੰਡ ਸੀ ਪਹਿਲਾਂ ਜਿਹੜਾ ਹੁੰਦਾ ਸੀਗਾ ਪਹਿਲਾਂ ਪੁਰਾਣੀਆਂ ਸਰਕਾਰ ਦੀ ਦੀ ਗੱਲ ਕਰਾਂ ਜਿਹੜੀ ਰਿਪੋਰਟ ਪੇਸ਼ ਕੀਤੀ ਆ ਇਹਦੇ ਅੰਦਰ ਇੰਨਾ ਹਿਊਜ ਡਿਫਰੈਂਸ ਹੈਗਾ ਕਿ ਬਜਟ ਰੱਖਿਆ ਗਿਆ ਸੀ ਲਗਭਗ 1200 ਕਰੋੜ ਦਾ ਖਰਚਾ ਹੋਇਆ 200 ਕਰੋੜ ਪਿਛਲੀ ਸਰਕਾਰ ਦੀ ਮੈਂ ਗੱਲ ਕਰਦਾ ਉਹ ਕਰਦੀ ਸੀ ਅਸੀਂ ਹੁਣ ਜਿਹੜਾ ਜੇ ਮੈਂ ਮੰਨ ਲਵਾਂ ਕਿ ਅਸੀਂ ਇਰੀਗੇਸ਼ਨ ਦਾ ਰੱਖਿਆ ਗਾ ਤਾਂ ਅਸੀਂ 100% ਮੀਟ ਕਰ ਰਹੇ ਹਾਂ ਤਾਂ ਉਹ 86% 87% ਖਰਚ ਹੋ ਚੁੱਕੇ ਨੇਗੇ ਸੋ ਡਿਸਕ੍ਰੀਸ਼ਨਰੀ ਫੰਡ ਜਿਹੜੀ ਹੈ ਅਸੀਂ ਗੱਲ ਕਰਦੇ ਹਾਂ ਡਿਪਟੀ ਸਪੀਕਰ ਦੇ ਫੰਡ ਦੀ ਹੋਈ ਜਿਸ ਦੇ ਨਾਲ ਸਪੀਕਰ ਔਰ ਡਿਪਟੀ ਸਪੀਕਰ ਬਿਲਕੁਲ ਨਾ ਕਵੀ ਚੀਮਾ ਸਾਹਿਬ ਐਮਐਲਏ ਸਹਿਬਾਨ ਦਾ ਕਿਵੇਂ ਰਿਹਾ ਬਿਲਕੁਲ ਐਮਐਲਏ ਜੰਗ ਨੂੰ ਬਰਕਰ ਚੀਮਾ ਸਾਹਿਬ ਪਰਾਲੀ ਨੂੰ ਲੈ ਕੇ ਕਿਉਂਕਿ ਅਗਲੇ ਮਹੀਨੇ ਪਰਾਲੀ ਦਾ ਪਰਾਲੀ ਨੂੰ ਲੈ ਕੇ ਕੋਈ ਡਿਸੀਜਨ ਲਿੱਤਾ ਕਿਸਾਨ ਕਹਿ ਰਹੇ ਕਿ ਹਾਂਜੀ ਅਜੇ ਕੋਈ ਬਿਲਕੁਲ ਅਸੀਂ ਦੁਰਸਤ ਕਰ ਰਹੇ ਠੀਕ ਕਰ ਰਹੇ ਹਾਂ ਸਾਡੀਆਂ ਟੀਮਾਂ ਅੱਜ ਵੀ ਮੰਡੀ ਗੋਬਿੰਦਗੜ੍ਹ ਦੇ ਵਿੱਚ ਲੁਧਿਆਣੇ ਦੇ ਵਿੱਚ ਪੰਜਾਬ ਦੇ ਗੰਜਾ ਹੋ ਜਾਣਗੀਆਂ ਅਸੀਂ ਹਰ ਰੋਜ਼ ਜਿੱਥੇ ਵੀ ਕਿਤੇ ਚੋਰੀਆਂ ਨੂੰ ਅਸੀਂ ਪਲੱਗ ਕਰਾਂਗੇ ਖਤਮ ਕਰਾਂਗੇ ਕਿਉਂਕਿ ਉਹ ਪੈਸਾ ਜਿਹੜਾ ਜਿਹੜਾ ਜੀਐਸਟੀ ਦੇ ਕੋਟੇ 'ਚ ਆਉਣਾ ਚਾਹੀਦਾ ਜੀਐਸਟੀ ਦੇ ਹੈੱਡ ਵਿੱਚ ਆਉਣਾ ਚਾਹੀਦਾ ਕਿਤੇ ਉਹਦੀ ਦੁਰਉਪਯੋਗ ਜ਼ਿਆਦਾ ਹੋ ਰਹੀ ਸੀਗੀ ਵੱਡੀ ਪੱਧਰ 'ਤੇ ਅੱਜ ਅਨੁਰਾਗ ਠਾਕੁਰ ਕਹਿ ਰਹੇ ਨੇ ਕਹਿੰਦੇ ਕਿ ਭਾਜਪਾ ਸਟੇਟਾਂ 'ਚ ਸਰਕਾਰ ਤੋੜਨ ਦਾ ਕੰਮ ਨਹੀਂ ਕਰਦੀ ਇਹ ਜਾਣ ਬੁੱਝ ਕੇ ਮਾਹੌਲ ਇੱਦਾਂ ਦੀ ਆਮ ਆਦਮੀ ਪਾਰਟੀ ਦਿੱਲੀ 'ਚ ਵੀ ਸਿਰਜਦੀ ਹੈ ਔਰ ਪੰਜਾਬ 'ਚ ਵੀ ਸਿਰਜਦੀ ਹੈ ਰਾਜਪਾਲ ਨੂੰ ਰਾਜਪਾਲ ਨੇ ਕੁਛ ਪੁੱਛਿਆ ਤਾਂ ਉਸ ਮਾਹੌਲ ਪ੍ਰਮਿਤ ਨਹੀਂ ਕਰਨਾ ਚਾਹੀਦਾ ਅਨੁਰਾਗ ਠਾਕੁਰ ਕਹਿ ਰਹੇ ਕਿ ਡਰੱਗਸ ਜੋ ਮਾਨ ਸਰਕਾਰ ਹੈ ਜਿਸ ਦੇ ਵਿੱਚ ਕਿਹਦੀ ਮਾਨ ਸਰਕਾਰ ਅਸੀਂ ਡਰੱਗਸ ਖਤਮ ਕੀਤਾ ਲੇਕਿਨ ਖਤਮ ਕਰਨੀ ਪੜੀ ਦੇਖੋ ਰਾਜਪਾਲ ਦੀ ਨਿਯੁਕਤੀ ਕੌਣ ਕਰਦਾ ਗਾ ਗਵਰਨਰ ਦੀ ਨਿਯੁਕਤੀ ਕੀਤੀ ਹੋਈ ਹੈਗੀ ਭਾਰਤੀ ਜਨਤਾ ਸਰਕਾਰ ਹੈਗੀ ਅਨੁਰਾਗ ਠਾਕੁਰ ਜੀ ਉਸ ਪਾਰਟੀ ਦੇ ਮਨਿਸਟਰ ਜੋ ਗਵਰਨਰ ਸਾਹਿਬ ਨੂੰ ਅਪੁਆਇੰਟ ਕੀਤਾ ਗਾ ਗਵਰਨਰ ਸਾਹਿਬ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਦੇ ਨੇਗੇ ਸੋ ਇਹ ਤਾਂ ਅਨੁਰਾਗ ਠਾਕੁਰ ਜੀ ਅੱਛੇ ਤਰੀਕੇ ਨਾਲ ਦੱਸ ਸਕਦੇ ਸੋ ਬਿਲਕੁਲ ਮੈਂ ਸਮਝਦਾ ਕਿ ਸਰਕਾਰ ਕੰਮ ਕਰ ਰਹੀ ਔਰ ਦੂਜੇ ਪਾਸੇ ਗੱਲ ਡਰੱਗ ਦੀ ਆ ਕਿ ਨਸ਼ਿਆਂ ਸਭ ਤੋਂ ਵੱਧ ਜੇਕਰ ਇਸ ਸਾਲ ਚ ਰਿਕਵਰੀਆਂ ਹੋ ਜਾਣ ਜੇਕਰ ਸਭ ਤੋਂ ਵੱਧ ਸਰਕਾਰ ਦੇ ਸਮੇਂ ਹੋ ਜਾਣਗੇ ਮਾਂਜੀ ਦੀ ਸਰਕਾਰ ਦੇ ਸਮੇਂ ਹੋ ਜਾਣਗੇ ਸਾਲਾਂ ਦੇ ਦੌਰਾਨ ਜਦੋਂ ਪੰਜਾਬ ਦੇ ਅੰਦਰ ਜਦੋਂ ਪੰਜਾਬ ਵਿੱਚ ਜਨਤਾ ਪਾਰਟੀ ਦੀ ਜਦੋਂ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਸਾਡੀ ਸਰਕਾਰ ਹੁੰਦੀ ਸੀ ਸਭ ਤੋਂ ਵੱਧ ਦਾ ਕਹਿਰ ਸਮੇਂ ਹੋਇਆ ਸੀਗਾ ਸਭ ਤੋਂ ਵੱਧ ਮੌਤਾਂ ਸਭ ਤੋਂ ਵੱਧ ਡਰੱਗ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਦੇ ਸਮੇਂ ਹੋਇਆ ਸੀਗਾ ਔਰ ਉਸੇ ਤਰ੍ਹਾਂ ਨੂੰ ਕੈਰੀ ਔਨ ਕਿਹਨੇ ਰੱਖਿਆ ਕਾਂਗਰਸ ਪਾਰਟੀ ਨੇ ਰੱਖਿਆ ਸੀਗਾ ਸਾਡੀ ਸਰਕਾਰ ਆਉਣ ਤੋਂ ਸਭ ਤੋਂ ਵੱਧ ਰਿਕਵਰੀ ਹੋਈ ਹੈ।